मेरा नवी किरण एक ओंकार करो सिमरन। बुझे दिलांच ज्ञान दिया लख जगा के, शांत कर लो अपना मन। नवी किरण दे दर्शकों, मैं हरदीप अज फिर आप जी की सेवा दे विच एक नवा एपीसोड लैके आ रहा हाँ। तो साडे नाल हन थाईलैंड तो पधारे अमरजीत कौर दुआ जी। अमरजीत जी, मैं आप जी का स्वागत करता हाँ, आपनू जी आया आखदा हाँ। सत श्री अकाल ते ओम शांति। सत श्री अकाल जी, ओम शांति। अमरजीत जी, अपने पिछले एपीसोडा दे विच आपां कुछ चर्चा कीती सी, ते मेरे ध्यान दे विच आ रहा है भी अज दा जिहड़ा संसार है, समाज है, बहुत सारियां समस्यावां दे नाल उलझ रहा है, बहुत सारियां समस्यावां दरपेश हो रही हैं। तो कई किस्से कहानियां अजिहे हुंदे हन जिथे बंदियां दा विश्वास हिल जाता है। मिसाल दे तौर ते रीसेंटली ते पिछले कुछ सालां दे विच भी कुछ बाबे हन जिन्हां दे मगर बहुत भारी जनता लगी हुई सी, ते ओह बाबे अज जेल दे विच हन। ते इह की जिहड़ा अंधविश्वास हुंदा है, ਤੁਹਾਡਾ ਕੀ ਵਿਚਾਰ ਹੈ? ਇਹਦੇ ਵਿੱਚ ਲੋਕ ਲਾਈ ਲੱਗ ਕਿੱਦਾਂ ਬਣ ਜਾਂਦੇ ਹਨ? ਕਿੱਦਾਂ ਕਿਸੇ ਬੰਦੇ ਨੂੰ ਰੱਬ ਸਮਝਣ ਲੱਗ ਜਾਂਦੇ ਹਨ? ਕਿਵੇਂ ਉਹ ਆਪਣਾ ਵਿਸ਼ਵਾਸ ਆ ਉਹ ਪੱਕਾ ਕਰ ਲੈਂਦੇ ਹਨ? ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜੀ ਗੱਲ ਅਸੀਂ ਦੁਨੀਆ ਕਰ ਰਹੀ ਹੈ ਕਿ ਅਸੀਂ ਐਕਚੁਅਲੀ ਇਹ ਬਾਬੇ ਵਗੈਰੇ ਦੀ ਗਲਤੀ ਨਹੀਂ ਹੈ, ਇਹ ਸਾਡੀ ਆਪਣੀ ਗਲਤੀ ਹੈ। ਅਸੀਂ ਆਪਣੇ ਆਪ ਨੂੰ ਆਤਮਾ ਨਹੀਂ ਸਮਝਿਆ, ਅਤੇ ਬਾਬੇ ਨੂੰ ਵੀ ਫਿਰ ਕਿਵੇਂ ਆਤਮਾ ਸਮਝਾਂਗੇ? ਜਦ ਸਰੀਰਕ ਤੌਰ 'ਤੇ ਅਸੀਂ ਕਿਸੇ ਨੂੰ ਉੱਚਾ ਦਰਜਾ ਦੇ ਦਈਏ ਅਤੇ ਉਸਨੂੰ ਰੱਬ ਮੰਨ ਲਈਏ, ਇਹ ਫਿਰ ਸਾਡੀ ਆਪਣੀ ਗਲਤੀ ਹੈ, ਕਿਉਂਕਿ ਉਸ ਪਰਮਾਤਮਾ ਪਰਮ ਪਿਤਾ ਤੋਂ ਨਿਰਾਕਾਰ ਹੈ। ਅਸੀਂ ਉਸ ਅਸੀਂ ਆਤਮਾ, ਜਿਵੇਂ ਅਸੀਂ ਗੱਲ ਕੀਤੀ ਸੀ ਕੱਲ੍ਹ, ਮੈਂ ਜੋਤੀ ਬਿੰਦੂ ਅਤੇ ਉਹ ਜੋਤ ਸਰੂਪ ਬਿੰਦੂ ਪਰਮ ਆਤਮਾ ਹੈ। ਫਿਰ ਸਾਨੂੰ ਕਿਸੇ ਸਰੀਰਕ ਰੂਪ ਵਿੱਚ ਕਿਸੇ ਨੂੰ ਵੀ ਭਗਵਾਨ ਨਹੀਂ ਕਹਿ ਸਕਦੇ। ਬੇਸ਼ੱਕ ਉਹ ਗੁਰੂ ਨਾਨਕ ਹੀ ਕਿਉਂ ਨਾ ਹੋ, ਜੀਸਸ ਹੀ ਕਿਉਂ ਨਾ ਹੋ, ਬੁੱਧਾ ਹੀ ਕਿਉਂ ਨਾ ਹੋ, ਮੁਹੰਮਦ ਕਿਉਂ ਨਾ ਹੋ, ਇਬਰਾਹਿਮ ਹੀ ਕਿਉਂ ਨਾ ਹੋ, ਇਹ ਵੀ ਮੈਸੇਂਜਰਸ ਨੇ, ਮਤਲਬ ਕਿ ਰੱਬੀ ਗਿਆਨ ਸਾਨੂੰ ਦੇਣ ਆਏ ਨੇ। ਅਤੇ ਜੇ ਇਸ ਕਲਯੁਗੀ ਦੁਨੀਆ ਦੇ ਵਿੱਚ ਕੋਈ ਸੰਤ ਜਾਂ ਮਹਾਨ ਆਤਮਾ ਪ੍ਰਗਟ ਹੋਏ, ਜਿਵੇਂ ਗਾਂਧੀ ਜੀ ਜਾਂ ਇਸ ਤਰ੍ਹਾਂ, ਅਸੀਂ ਉਹਨਾਂ ਨੂੰ ਰੱਬ ਨਹੀਂ ਮੰਨਣਾ ਚਾਹੀਦਾ। ਜੋ ਵੀ ਹੈ ਕਲਯੁਗੀ ਦੁਨੀਆ ਵਿੱਚ ਆਤਮਾ ਵੀ ਕਈ ਜ਼ਿੰਦਗੀ ਜੀ ਚੁੱਕੀ ਹੈ, ਇਸ ਵਾਸਤੇ ਉਸਦੀ ਆਪਣੀ ਅਵਸਥਾ ਡਿੱਗ ਚੁੱਕੀ ਹੈ, ਅਤੇ ਗਲਤੀਆਂ ਸਾਰਿਆਂ ਕੋਲ ਹੋਏਗੀ। ਮੈਂ ਵੀ ਆਪਣੇ ਪਰਮਾਰਥ ਰਾਹ ਵਿੱਚ ਬਹੁਤ ਲੱਭਦੀ ਸਾਂ ਕਿ ਮੈਨੂੰ ਕੋਈ ਬ੍ਰਹਮ ਗਿਆਨੀ ਜਾਂ ਕੋਈ ਗੁਰੂ ਮਿਲ ਜਾਏ, ਜਿਹੜਾ ਕਿ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੁੰਦਾ ਕਿ ਬ੍ਰਹਮ ਗਿਆਨੀ ਜਾਂ ਗੁਰੂ ਤੋਂ ਬਿਨਾਂ ਅਸੀਂ ਮਤਲਬ ਕਿ ਪਰਮਾਰਥ 'ਤੇ ਰਾਹ 'ਤੇ ਸੱਚਾਈ ਨਹੀਂ ਮਿਲ ਸਕਦੀ। ਉਹ ਜਿਹੜੀ ਆਨੰਦ ਜਿਹੜਾ ਅਸੀਂ ਲੱਭਦੇ ਹਾਂ ਉਹ ਨਹੀਂ ਮਿਲ ਸਕਦੀ। ਅਤੇ ਜਿਹੜੇ ਕਿਉਂ ਦੁਨੀਆ ਵਿੱਚ ਸਾਰੇ ਇਹਨਾਂ ਦੇ ਮਗਰ ਲੱਗੇ ਨੇ, ਕਿਉਂਕਿ ਦੁਨੀਆ ਵਿੱਚ ਖਾਲੀਪਨ ਹੈ, ਸਾਡੇ ਆਪਣੇ ਮਨ ਵਿੱਚ ਇੱਕ ਖਾਲੀਪਨ ਹੈ, ਜਿਹੜਾ ਕਿ ਅਸੀਂ ਚਾਹੁੰਦੇ ਹਾਂ ਕਿਸੇ ਦੇ ਰਾਹੀਂ ਪੂਰਾ ਅਸੀਂ ਇਸਨੂੰ ਕੰਪਲੀਟ ਕਰੀਏ। ਇਹ ਆਤਮਾ ਦੀ ਖੋਜ ਹੈ, ਪਰ ਅਸੀਂ ਇਸ ਨੂੰ ਸਮਝਿਆ ਨਹੀਂ, ਅਤੇ ਅਸਲੀ ਅਸੀਂ ਬਾਹਰਲੀ ਖੋਜ ਵਿੱਚ ਚਲੇ ਜਾਂਦੇ ਹਾਂ। ਅਤੇ ਸ਼ੁਰੂ ਵਿੱਚ ਜਦੋਂ ਅਸੀਂ ਇਹ ਸਾਰੇ ਜਿਹੜੇ ਮਾਨ ਪੁਰਖ ਜਾਂ ਬਾਬੇ ਨਕਲੀ ਜਾਂ ਅਸਲੀ, ਅਸੀਂ ਉਹਨਾਂ ਦੇ ਵਚਨ ਸੁਣ ਕੇ ਖੁਸ਼ ਹੋ ਜਾਂਦੇ ਹਾਂ। ਉਹਨਾਂ ਦੇ ਨਾਲ ਅਸੀਂ ਰਹਿੰਦੇ ਤਾਂ ਕੋਈ ਨਹੀਂ, ਉਹਨਾਂ ਦਾ ਗੁੱਸਾ ਜਾਂ ਉਹਨਾਂ ਦਾ ਤੌਰ ਤਰੀਕੇ ਸਵੇਰ ਤੋਂ ਲੈ ਕੇ ਰਾਤ ਤੱਕ ਨੂੰ ਅਸੀਂ ਵਹਿੰਦੇ ਤਾਂ ਕੋਈ ਨਹੀਂ। ਕਿਸੇ ਨੂੰ ਜਾਣਨਾ ਹੋਏ ਅਤੇ ਫਿਰ ਉਸ ਦੇ ਨਾਲ ਰਹਿਣਾ ਪਏਗਾ ਤਾਂ ਪਤਾ ਚੱਲੇਗਾ। ਸਹੀ ਹੈ। ਅਤੇ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੀ ਬਹੁਤ ਭਾਈ ਸਾਹਿਬ ਅਤੇ ਗਿਆਨੀ ਜੀ ਅਤੇ ਗੁਰੂ ਵਗੈਰਾ ਦੀ ਖੋਜ ਕੀਤੀ ਹੈ, ਉਹਨਾਂ ਨੂੰ ਮਿਲੀ ਹਾਂ, ਔਰ ਹਮੇਸ਼ਾ ਹੀ ਇੱਕ ਹੱਦ ਤੱਕ ਫਿਰ ਧਿਆਨ ਆਉਂਦਾ ਸੀ ਕਿ ਇਹਨਾਂ ਨੂੰ ਸੰਪੂਰਨ ਨਹੀਂ ਸਮਝਣਾ,
ਇਹਨਾਂ ਕੋਲ ਸੰਦੇਸ਼ ਲੈਣੀ ਹੈ ਅਤੇ ਆਪਣੇ ਨਿਰੰਕਾਰ ਨਿਰਾਕਾਰ ਪਰਮਾਤਮਾ ਨਾਲ ਲਿਵ ਜੋੜਨਾ ਹੈ। ਇਹ ਸਿਰਫ ਸਾਨੂੰ ਦੱਸ ਸਕਦੇ ਨੇ ਕਿ ਅਸੀਂ ਕਿਵੇਂ ਜਾਗੀਏ, ਕਿਵੇਂ ਆਪਣੇ ਆਪ ਆਪਣੇ ਅੰਦਰ ਕਰੀਏ, ਪਰ ਜਿਹੜੀ ਪਰਮਾਰਥ ਦਾ ਰਾਹ ਹੈ ਉਹ ਤਾਂ ਅੰਦਰ ਹੀ ਹੈ, ਬਾਹਰ ਕੋਈ ਨਹੀਂ। ਹਾਂਜੀ ਅਮਰਜੀਤ ਜੀ, ਤੁਸੀਂ ਬਹੁਤ ਠੀਕ ਕਿਹਾ ਵੀ ਸਾਡੇ ਅੰਦਰ ਖਾਲੀਪਨ ਬੜਾ ਆ ਗਿਆ ਹੈ। ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗਾ ਵੀ ਇਹ ਖਾਲੀਪਨ ਕਿਉਂ ਆ ਗਿਆ ਹੈ, ਇਸ ਵਜ੍ਹਾ ਨਾਲ ਖਾਲੀਪਨ ਆ ਗਿਆ ਹੈ, ਤੁਸੀਂ ਇਹਦੇ ਬਾਰੇ ਕੁਝ ਚਾਨਣਾ ਪਾਓਗੇ? ਹਾਂਜੀ, ਇਹ ਬੜੀ ਅੱਛੀ ਸਵਾਲ ਤੁਸੀਂ ਕੀਤੀ ਹੈ, ਬੜੀ ਗਹਿਰੀ ਸਵਾਲ ਹੈ। ਆਤਮਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪਰਮਾਤਮਾ ਜਦੋਂ ਆਤਮਾ ਨੂੰ ਦੁਨੀਆਂ ਵਿੱਚ ਭੇਜਦੇ ਹੈ ਖੇਡ ਖੇਡਣ ਵਾਸਤੇ, ਤਾਂ ਉਹ ਹੈਲਦੀ ਵੈਲਦੀ ਵਾਈਜ ਸੰਪੂਰਨ ਆਤਮਾ ਹੁੰਦੀ ਹੈ। ਅਸੀਂ ਕਈ ਜਨਮ ਲੈ ਚੁੱਕੇ ਹਾਂ, ਜਨਮ ਲੈਂਦਿਆਂ ਲੈਂਦਿਆਂ ਆਤਮਾ ਡਿੱਗਦੀ ਹੈ, ਆਤਮਾ ਆਪਣੀ ਸਵਰੂਪ ਭੁੱਲ ਜਾਂਦੀ ਹੈ ਅਤੇ ਆਪਣੀ ਆਤਮਕ ਗੁਣ ਵੀ ਖੋ ਦਿੰਦੀ ਹੈ। ਇੱਕ ਇੱਕ ਜਨਮ ਵਿੱਚ ਸਾਡੀ ਪਰਸੈਂਟੇਜ ਘੱਟਦੀ ਜਾਂਦੀ ਹੈ ਅਤੇ ਹੁਣ ਸਤਯੁਗ, ਤ੍ਰੇਤਾ, ਦੁਆਪਰ, ਕਲਯੁੱਗ, ਅਤੇ ਹੁਣ ਅਸੀਂ ਕਲਯੁੱਗ ਦੇ ਅੰਤ ਤੱਕ ਪਹੁੰਚ ਗਏ ਹਾਂ। ਇੰਨੇ ਜਨਮ 84 ਜਨਮ ਲੈ ਚੁੱਕੇ ਹਾਂ, ਜਿੰਨੇ ਮਰਜ਼ੀ 84 ਜਨਮ ਤੋਂ ਘੱਟ ਜਾਂ 84 ਜਨਮ ਲੈ ਚੁੱਕੇ ਹਾਂ, ਕਈ ਜਨਮ ਲੈ ਚੁੱਕੇ, ਸਾਡਾ ਪਰਸੈਂਟੇਜ ਜਿਹੜੇ ਸਾਡੀ ਸੰਪੂਰਨਤਾ ਦੀ ਜਿਹੜੀ ਪਰਸੈਂਟੇਜ ਹੈ ਉਹ ਘੱਟ ਗਈ। ਜਦ ਉਹ ਘੱਟ ਜਾਂਦੀ ਹੈ, ਸੰਪੂਰਨਤਾ ਦਾ ਮਤਲਬ ਕਿ 100% ਪਿਆਰ, 100% ਪ੍ਰੇਮ, ਆਨੰਦ 100%, 100% ਸੰਤੁਸ਼ਟਾ, ਉਹ ਪਿਓਰਿਟੀ 100%। ਇਹ 100% ਤੋਂ ਇਸ ਵੇਲੇ 80-70 ਕੀ 1-2% ਵੀ ਨਹੀਂ ਰਹਿ ਗਿਆ, ਅਤੇ ਇਸ ਵਾਸਤੇ ਸਾਨੂੰ ਉਹ ਖਾਲੀਪਨ ਮਹਿਸੂਸ ਹੁੰਦਾ ਹੈ। ਸਾਨੂੰ ਪ੍ਰੇਮ ਚਾਹੀਦਾ ਹੈ। ਕਿਹੜਾ ਇਨਸਾਨ ਹੈ ਦਰਸ਼ਕਾਂ ਦੇ ਵਿੱਚ ਜਿਹੜਾ ਜਿਸ ਨੂੰ ਪ੍ਰੇਮ ਦੀ ਖੋਜ ਨਹੀਂ ਹੈ, ਜਿਸ ਨੂੰ ਆਨੰਦ ਦੀ ਖੋਜ ਨਹੀਂ, ਸੰਤੁਸ਼ਟਾ ਦੀ ਖੋਜ ਨਹੀਂ? ਅਸੀਂ ਇਹ ਚੀਜ਼ਾਂ ਲੱਭਦੇ ਹਾਂ ਅਤੇ ਇਸ ਵਾਸਤੇ ਸਾਡੇ ਅੰਦਰ ਖਾਲੀਪਨ ਅਸੀਂ ਮਹਿਸੂਸ ਕਰਦੇ ਹਾਂ ਅਤੇ ਇਹ ਖਾਲੀਪਨ ਅਸੀਂ ਉਸਨੂੰ ਭਰਨ ਵਾਸਤੇ ਫਿਰ ਬਾਹਰ ਅਸੀਂ ਖੋਜ ਕਰਨ ਲੱਗ ਪੈਂਦੇ ਹਾਂ। ਅਤੇ ਮੈਂ ਕਹਾਂਗੀ ਆਤਮਾ ਦੀ ਜਨਮ ਕਰਕੇ, ਜਨਮ ਜਨਮ ਲੈਂਦਿਆਂ ਲੈਂਦਿਆਂ, ਕਰਮ ਕਰਦਿਆਂ ਕਰਦਿਆਂ ਕਾਰਮਿਕ ਖਾਤੇ ਵੱਧ ਗਏ ਨੇ ਅਤੇ ਇਸ ਵਾਸਤੇ ਆਤਮਕ ਦੀ ਸੰਪੂਰਨਤਾ ਘੱਟ ਗਈ ਹੈ। ਇਸ ਵਾਸਤੇ ਆਹ ਤੁਹਾਡੀ ਗੱਲ ਤਾਂ ਠੀਕ ਲੱਗਦੀ ਹੈ ਵੀ ਅਸੀਂ ਜਿਹੜਾ ਹੈ ਅੱਜ ਕੱਲ੍ਹ ਖਾਲੀਪਨ ਮਹਿਸੂਸ ਕਰਦੇ ਹਾਂ, ਪਰ ਜਿਹੜਾ ਤੁਸੀਂ ਜਨਮ ਜਨਮ ਦੀ ਗੱਲ ਆਖ ਰਹੇ ਹੋ, 84 ਜਨਮਾਂ ਦੀ ਗੱਲ ਆਖ ਰਹੇ ਹੋ, ਇਹਦਾ ਕੋਈ ਸਬੂਤ ਹੈ? ਐਕਚੁਅਲੀ ਸਾਇੰਟਿਫਿਕ ਤੌਰ 'ਤੇ ਕਾਫੀ ਰਿਸਰਚ ਹੋ ਚੁੱਕੀ ਹੈ ਕਿ ਪਿਛਲੇ ਜਨਮ ਵਗੈਰਾ ਹੁੰਦੀ ਹੈ, ਕਿਉਂਕਿ ਕਿਸੇ ਇਨਸਾਨ ਵਗੈਰਾ ਨੂੰ ਕਾਫੀ ਰਿਸਰਚ ਹੋਈ ਹੈ, ਇਨਸਾਨ ਨੂੰ ਹਿਪਨੋਸਿਸ ਰਾਹੀਂ ਯਾਰ ਮਤਲਬ ਪਿਛਲੇ ਜਨਮਾਂ ਵਿੱਚ ਲੈ ਗਏ, ਰਿਗਰੈਸ਼ਨ, ਪਾਸਟ ਲਾਈਫ ਰਿਗਰੈਸ਼ਨ, ਅਤੇ ਇਸ ਖੋਜ ਦੇ ਵਿੱਚ ਇਹ ਵੀ ਪਤਾ ਚੱਲਿਆ ਕਦੀ ਕੋਈ ਇਨਸਾਨ ਜਾਨਵਰ ਨਹੀਂ ਸੀ, ਹਮੇਸ਼ਾ ਇਨਸਾਨ ਹੀ ਸੀ। ਅੱਛਾ, ਇਹ ਤਾਂ ਬਹੁਤ ਸੋਹਣੀ ਗੱਲ ਆ ਵੀ ਤੁਹਾਡਾ ਕਹਿਣ ਦਾ ਭਾਵ ਇਹ ਆ ਵੀ ਜਿਹੜਾ ਪੁਨਰ ਜਨਮ ਆਤਮਾ ਦਾ ਹੁੰਦਾ ਉਹ ਜਿਹੜਾ ਮਨੁੱਖੀ ਆਤਮਾ ਉਹ ਮਨੁੱਖ ਯੋਨੀ ਵਿੱਚ ਹੀ ਪੁਨਰ ਜਨਮ ਲੈਂਦੀ ਹੈ, ਇਹ ਮਤਲਬ ਆ ਤੁਹਾਡਾ? ਹਾਂਜੀ, ਕਿਉਂਕਿ ਬੀਜ ਹੀ ਸਾਡੀ ਉਹ ਮਨੁੱਖ ਜੀਵਨ ਦਾ, ਜਿਵੇਂ ਅਸੀਂ ਸੁਣਦੇ ਹਾਂ ਕਿ ਅੰਬ ਦਾ ਬੀਜ ਕਦੀ ਐਪਲ 'ਤੇ ਨਹੀਂ ਦੇਗਾ, ਅੰਬ ਦਾ ਬੀਜ ਅੰਬ ਹੀ ਦੇਗਾ, ਇਸ ਤਰ੍ਹਾਂ ਮਨੁਸ਼ੀਏ ਦਾ ਬੀਜ ਜਿਹੜਾ ਆਤਮਾ ਹੈ ਉਹ ਮਨੁਸ਼ੀਏ ਜੂਨ ਵਿੱਚ ਹੀ ਆਏਗਾ, ਪਰ ਅਸੀਂ ਕਰਮ ਭੁਗਤਦੇ ਹਾਂ। ਜਿਵੇਂ ਕਿ ਜੇ ਮੈਂ ਰਾਜਾ ਵਾਂ ਇੱਕ ਜਨਮ 'ਤੇ, ਪਹਿਲਾ ਜਨਮ 'ਤੇ ਜਾਂ ਕੋਈ ਜਨਮ 'ਤੇ ਮੈਂ ਰਾਜਾ ਵਾਂ, ਪਰ ਮੈਂ ਕੁਛ ਅੱਛੇ ਕਰਮ ਨਹੀਂ ਕੀਤੇ, ਅਤੇ ਫਿਰ ਉਸ 'ਤੇ ਭੁਗਤ ਅਗਲਾ ਜਨਮ ਜਾਂ ਉਸ ਅਤੇ ਬਾਅਦ ਕੋਈ ਜਨਮ ਵਿੱਚ ਮੈਂ ਪ੍ਰਜਾ ਬਣ ਜਾਵਾਂਗੀ ਅਤੇ ਉਸ ਦੀ ਕੁਝ ਭੁਗਤਾਂਗੀ, ਜੋ ਮੈਂ ਚੰਗਾ ਕਰਮ ਨਹੀਂ ਕੀਤਾ ਸੀ ਉਸਨੂੰ ਮੈਂ ਭੋਗਾਂਗੀ, ਮਤਲਬ ਮੇਰਾ ਅਵਸਥਾ ਡਿੱਗੇਗੀ ਅਤੇ ਹੋਰ ਜਨਮ ਮੈਨੂੰ ਮੁਸ਼ਕਲੇ ਵੀ ਮਿਲੇਗੀ, ਉਸਦਾ ਸਾਹਮਣਾ ਵੀ ਮਿਲੇਗਾ। ਇਹ ਕਰਮ ਦਾ ਖਾਤਾ ਜਿਸਨੂੰ ਅਸੀਂ ਸਮਝ ਨਹੀਂ ਸਕਦੇ, ਪਰ ਇੰਨਾ ਜਾਣ ਸਕਦੇ ਹਾਂ ਕਿ ਬਹੁਤ ਐਕੂਰੇਟ ਹੈ। ਅਤੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਅੱਜ ਖਾਲੀਪਨ ਬੜਾ ਆ ਗਿਆ ਹੈ, ਅਤੇ ਮਨ ਦਾ ਜਿਹੜਾ ਖਾਲੀਪਨ ਆ ਇਸ ਨੂੰ ਭਰਨ ਦਾ ਕੀ ਉਪਾਅ? ਹਮੇਸ਼ਾ ਪ੍ਰੋਬਲਮਸ ਦਾ ਸੋਲਿਊਸ਼ਨ ਇੱਕ ਹੀ ਹੈ ਜੀ, ਉਸ ਦੇ ਨਾਲ ਲਿਵ ਜੋੜ ਕੇ। ਜੇ ਮੈਂ ਖਾਲੀ ਹਾਂ, ਉਹੀਓ ਜੇ ਮੇਰਾ ਬੈਟਰੀ ਕੰਮ ਹੈ ਅਤੇ ਮੈਂ ਫਿਰ ਉਸ ਬੈਟਰੀ ਨੂੰ ਕੰਪਲੀਟ ਕਰਨਾ, ਅਸੀਂ ਕੀ ਕਰਨਾ, ਮੈਨੂੰ ਪਿਆਰ ਚਾਹੀਦਾ ਅਤੇ ਅਸੀਂ ਆਪਣੇ ਆਪ ਨੂੰ ਆਤਮਾ ਸਮਝਿਆ ਹੀ ਨਹੀਂ,
ਅਸੀਂ ਆਪਣੇ ਆਪ ਨੂੰ ਸਰੀਰ ਸਮਝਨੇ ਆ, ਫਿਰ ਅਸੀਂ ਪਿਆਰ ਬਾਹਰਲੀ ਇਨਸਾਨ ਤੋਂ ਖੋਜਦੇ ਆ, ਫਿਰ ਧੋਖਾ ਮਿਲਦਾ, ਕਿਉਂਕਿ ਉਹ ਵੀ ਤੇ ਖੋਜ ਰਿਹਾ, ਉਹ ਦੂਜੀ ਆਤਮਾ ਵਿੱਚ ਵੀ ਤੇ ਪਿਆਰ ਦੀ ਕਮੀ ਹੈਗਾ, ਤਾਂ ਤੁਹਾਡੇ ਕੋਲ ਉਹ ਚਾਹੁੰਦਾ, ਤੁਸੀਂ ਉਹਦੇ ਕੋਲ ਚਾਹੁੰਦੇ, ਤੇ ਅਸੀਂ ਦੇਣ ਦੀ ਬਜਾਏ ਲੈਣ ਵਿੱਚ ਲੱਗ ਪੈਂਦੇ। ਗੱਲ ਹੈ ਦਿੰਦਾ ਦੇ ਲੈਂਦੇ ਥੱਕ ਪਾਈ ਦੀ, ਅਸੀਂ ਉਹ ਕਰਦੇ ਕੋਈ ਨੀ, ਅਸੀਂ ਸਿਰਫ ਲੈਣਾ ਚਾਹੁੰਦੇ। ਅਮਰ ਜੀ, ਜੇ ਤੁਸੀਂ ਸਾਨੂੰ ਇਹ ਦੱਸਿਆ ਬਈ ਜਿਹੜਾ ਖਾਲੀਪਨ ਆ ਇਹਨੂੰ ਭਰਨ ਦੇ ਲਈ ਲਿਵ ਲਾਉਣੀ ਜ਼ਰੂਰੀ ਆ, ਪਰ ਸਾਡੇ ਦਰਸ਼ਕਾਂ ਵਿੱਚ ਬਹੁਤ ਸਾਰੇ ਮਹਿਸੂਸ ਕਰਦੇ ਹਨ ਵੀ ਜਦੋਂ ਲਿਵ ਲਾਉਣ ਬੈਠਦੇ ਨੇ ਉਦੋਂ ਅਗਲੀਆਂ ਪਿਛਲੀਆਂ ਗੱਲਾਂ ਬੜੀਆਂ ਯਾਦ ਆਉਂਦੀਆਂ ਨੇ, ਲਿਵ ਤਾਂ ਲੱਗਦੀ ਨਹੀਂ, ਅਤੇ ਫਿਰ ਉਸ ਵੇਲੇ ਕੀ ਕੀਤਾ ਜਾਏ? ਮੰਨ ਲਓ ਇੱਕ ਬੰਦਾ ਬੈਠਾ ਬਈ ਮੈਂ ਪਰਮਾਤਮਾ ਨਾਲ ਲਿਵ ਲਾ ਲਾਂ, ਉਹ ਜਦੋਂ ਬੈਠਦਾ ਉਦੋਂ ਉਹਨੂੰ ਯਾਦ ਆ ਜਾਂਦਾ ਉਹਨੇ ਫਲਾਣੇ ਕੰਮ ਪੈਂਡਿੰਗ ਨੇ, ਆਹ ਕਰਨੇ ਨੇ, ਉਹ ਕਰਨੇ ਨੇ, ਅਤੇ ਜਾਂ ਕਿਸੇ ਨਾਲ ਉਹਦੀ ਲੜਾਈ ਹੋਈ ਹੁੰਦੀ ਆ ਜਾਂ ਚੁਗਲੀ ਕੀਤੀ ਹੁੰਦੀ ਆ ਕਿਸੇ ਨੇ, ਉਹ ਗੱਲਾਂ ਉਹਦੇ ਦਿਮਾਗ 'ਚ ਆਉਣ ਲੱਗ ਜਾਂਦੀਆਂ ਨੇ, ਅਤੇ ਇਹ 'ਚ ਹਟਾ ਕੇ ਫਿਰ ਲਿਵ ਕਿਵੇਂ ਲੱਗੇ ਇਹਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਦੱਸੋਗੇ? ਹਾਂਜੀ, ਇਹ ਬੜੀ ਗਹਿਰੀ ਔਰ ਵੱਡੀ ਗਿਆਨ ਹੈ। ਕੋਈ ਨੋਰਮਲ ਇਨਸਾਨ, ਹਰ ਇੱਕ ਇਨਸਾਨ ਲਿਵ ਲਗਾ ਸਕਦੀ ਹੈ, ਪਰ ਉਸ ਦੇ ਵਾਸਤੇ ਤੁਹਾਨੂੰ ਪਹਿਲਾਂ ਵੈਰਾਗ ਚਾਹੀਦੀ ਹੈ ਅਤੇ ਖੋਜ ਚਾਹੀਦੀ ਹੈ। ਤੁਹਾਨੂੰ ਇਸ ਖੋਜ ਦੇ ਵਿੱਚ ਕੁਛ ਕਰਨੀ ਪਏਗੀ। ਜਿਵੇਂ ਤੁਸੀਂ ਸਮਝੋ ਕਿ ਤੁਸੀਂ ਮਾਸਟਰਸ ਡਿਗਰੀ ਲੈਣੀ ਹੈ ਅਤੇ ਤੁਸੀਂ ਬਹਿ ਜਾਓ, ਮਾਸਟਰਸ ਦੀ ਕਿਤਾਬਾਂ ਖਰੀਦ ਲਓ ਅਤੇ ਬਹਿ ਜਾਓ, ਮੈਂ ਮਾਸਟਰ ਦੀ ਡਿਗਰੀ ਕਰਨੀ ਹੈ, ਉਹ ਤਾਂ ਨਹੀਂ ਹੋਏਗੀ। ਤੁਹਾਨੂੰ ਦੱਸਿਆ ਵੀ ਵਿਰਾਗ ਚਾਹੀਦਾ ਇਹਦੇ ਲਈ, ਨਾ ਲਿਵ ਲਾਉਣ ਲਈ ਵਿਰਾਗ ਚਾਹੀਦਾ, ਹੁਣੇ ਦੱਸਿਆ ਤੁਸੀਂ। ਹਾਂਜੀ, ਅਤੇ ਵਿਰਾਗ ਕਿਵੇਂ ਪੈਦਾ, ਵਿਰਾਗ ਬਿਰਤੀ ਮਨ ਦੇ ਵਿੱਚ ਕਿਵੇਂ ਆਊਗੀ? ਹਾਂਜੀ, ਵਿਰਾਗ ਇੱਕ ਗੱਲ ਹੈ ਅਤੇ ਦੂਜੀ ਗੱਲ ਜਿਹੜੀ ਤੁਸੀਂ ਆਖਿਆ ਸੀ ਨਾ ਕਿ ਬਹਿਣ ਦਾ, ਉਹ ਮੈਂ ਕਹਿਣ ਲੱਗੀ ਸਾਂ ਕਿ ਮਾਸਟਰ ਡਿਗਰੀ ਪਾਉਣ ਵਾਸਤੇ ਪਹਿਲਾਂ ਤੁਸੀਂ ਦਸਵੀਂ ਤੇ ਕਰ ਲਓ, ਪਹਿਲਾਂ ਤੁਸੀਂ ਬੈਚਲਰ ਤੇ ਕਰ ਲਓ। ਮਤਲਬ ਕੀ ਹੈ ਤੁਹਾਡਾ ਦਸਵੀਂ ਕਰਨ ਦਾ, ਬੈਚਲਰ ਕਰਨ ਦਾ? ਮਤਲਬ ਤੁਸੀਂ ਜਾ ਕੇ ਕਿਸੇ ਇੰਸਟੀਟਿਊਟ ਵਿੱਚ ਦਾਖਲ ਹੋਣੀ ਪੈਗੀ। ਮਤਲਬ ਕਿਸੇ ਸਕੂਲ ਕਾਲਜ 'ਚ ਦਾਖਲ ਹੋਣਾ? ਨਹੀਂ, ਆਤਮਕ ਆਤਮਕ ਖੋਜ ਵਾਸਤੇ ਤੁਹਾਨੂੰ ਵੈਰਾਗ ਹੋਏਗੀ। ਨਹੀਂ, ਵੈਰਾਗ ਕਿਵੇਂ ਹੋਊਗਾ? ਵੈਰਾਗ ਤੇ ਹੁੰਦੀ ਹੈ, ਜਿਵੇਂ ਖਾਲੀਪਨ ਮਹਿਸੂਸ ਹੋ ਰਿਹਾ ਤੇ ਤੁਹਾਨੂੰ ਲੱਗ ਰਿਹਾ ਕਿ ਮੈਂ ਆਪਣੇ ਮਨ ਦੇ ਉੱਤੇ ਕਾਬੂ ਨਹੀਂ ਕਰ ਸਕਦੀ, ਤੇ ਇਹ ਤੇ ਵੈਰਾਗ ਹੀ ਹੋਇਆ ਨਾ। ਨਹੀਂ ਭੈਣ ਜੀ, ਗੱਲ ਪਤਾ ਕੀ ਆ, ਬੰਦੇ ਖਾਲੀਪਨ ਨੂੰ ਪੂਰਾ ਕਰਨ ਲਈ ਜਾਂ ਤਾਂ ਸ਼ਰਾਬ ਦੀ ਬੋਤਲ ਖੋਲ੍ਹ ਲਊਗਾ ਜਾਂ ਡਰੱਗਸ ਲੈਣ ਲੱਗ ਜਾਂਦੇ ਨੇ। ਅੱਜ ਕੱਲ੍ਹ ਇਹ ਵੀ ਬਹੁਤ ਵੱਡੀ ਇੱਕ ਸਮੱਸਿਆ ਹੈਗੀ ਆ, ਡਰੱਗ ਨਸ਼ੇ ਕਰਨ ਦੀ, ਅਤੇ ਪੰਜਾਬ ਅਤੇ ਹੋਰ ਬਹੁਤ ਸਾਰੇ ਪ੍ਰਦੇਸ਼ਾਂ ਦੇ ਵਿੱਚ ਤਾਂ ਇਹ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ। ਫਿਰ ਬੇਰੁਜ਼ਗਾਰੀ ਹੁੰਦੀ ਆ, ਤਾਂ ਇੱਕ ਤਾਂ ਤੁਹਾਡਾ ਖਾਲੀਪਨ, ਉੱਤੋਂ ਤੁਹਾਡਾ ਸੋਰਸ ਆਫ ਇਨਕਮ ਕੋਈ ਨਹੀਂ। ਹੁਣ ਮਿਸਾਲ ਦੇ ਤੌਰ 'ਤੇ ਅਸੀਂ ਸਮਾਚਾਰਾਂ ਵਿੱਚ ਕਈ ਵਾਰ ਸੁਣੀਦਾ ਜਾਂ ਪੜ੍ਹੀਦਾ ਹੈ ਬਈ ਘਰ ਦਾ ਜਿਹੜਾ ਬੱਚਾ ਹੈ ਉਹਨੇ ਨਸ਼ੇ ਕਰਨ ਲਈ ਆਪਣੇ ਜਿਹੜੇ ਮਾਂ ਪਿਓ ਨੂੰ ਹੀ ਮਾਰਤਾ, ਇੱਥੋਂ ਤੱਕ ਚਲੇ ਜਾਂਦੇ ਨੇ। ਇੰਨੀ ਉਹਨਾਂ ਨੂੰ ਕਰੇਵਿੰਗ ਹੁੰਦੀ ਹੈ, ਇੰਨੀ ਜ਼ਿਆਦਾ ਉਹਨਾਂ ਨੂੰ ਆਦਤ ਪਈ ਹੁੰਦੀ ਆ ਬਈ ਉਹ ਖਾਲੀਪਨ ਨੂੰ ਭਰਨ ਲਈ ਕੁਛ ਕਿਸੇ ਵੀ ਹੱਦ ਤੱਕ ਅਪਰਾਧ ਬਿਰਤੀ ਵੱਲ ਚਲੇ ਜਾਂਦੇ ਨੇ ਉਹ, ਅਤੇ ਇਹ ਫਿਰ ਲਿਵ ਤਾਂ ਫਿਰ ਇੱਕ ਪਾਸੇ ਰਹਿ ਜੂਗੀ। ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਵਿਰਾਗ ਬਿਰਤੀ ਕਿੱਦਾਂ ਜਾਗਰਿਤ ਹੋਊਗੀ, ਇਹਦਾ ਸਮੱਸਿਆ ਦਾ ਕੀ ਹੱਲ ਹੋ ਸਕਦਾ, ਉਹ ਦੱਸੋ। ਅਸੀਂ ਸਮਝਦੇ ਹਾਂ ਕਿ ਅਸੀਂ ਇੰਚਾਰਜ ਆ, ਅਸੀਂ ਡਾਇਰੈਕਟਰ ਆ, ਅਸੀਂ ਡਾਇਰੈਕਟਰ ਨਹੀਂ ਹੈਗਾ। ਜੋ ਵੀ ਦੁਨੀਆਂ ਵਿੱਚ ਹੋ ਰਿਹਾ ਠੀਕ ਹੀ ਹੋ ਰਿਹਾ। ਤੁਹਾਡਾ ਮਤਲਬ ਆ ਜਿਹੜਾ ਬੰਦਾ ਨਸ਼ਾ ਕਰਦਾ, ਸ਼ਰਾਬ ਦੀ ਬੋਤਲ ਸਾਰੀ ਪੀ ਜਾਂਦਾ, ਉਹ ਠੀਕ ਕਰਦਾ? ਉਸ ਦੇ ਕਰਮ ਅਨੁਸਾਰ ਉਹ ਕਰ ਰਿਹਾ। ਅਸੀਂ ਇਹ ਕਹਿ ਸਕਦੇ ਹਾਂ, ਅਸੀਂ ਉਹਨੂੰ ਬਲਕਿ ਰਾਏ ਦੇ ਸਕਦੇ ਹਾਂ, ਜੋ ਹੋ ਰਿਹਾ ਠੀਕ ਹੋ ਰਿਹਾ, ਪਰ ਅਸੀਂ ਉਸਨੂੰ ਹੋਰ ਠੀਕ ਕਰ ਸਕਦੇ ਹਾਂ, ਕਿਸੇ ਨੂੰ ਅਸੀਂ ਚੇਂਜ ਤਾਂ ਨਹੀਂ ਕਰ ਸਕਦੇ। ਇਹ ਗੱਲ ਮਨ ਨਹੀਂ ਮੰਨ ਰਿਹਾ, ਇੱਕ ਤੁਹਾਡਾ ਬੱਚਾ ਘਰ ਦੇ ਵਿੱਚ ਨਸ਼ੇ ਕਰ ਰਿਹਾ ਤੇ ਤੁਸੀਂ ਕਹਿ ਰਹੇ ਹੋ ਜੋ ਕਰ ਰਿਹਾ ਠੀਕ ਕਰ ਰਿਹਾ? ਨਹੀਂ, ਮੈਂ ਇਹਨੇ ਕਹਿ ਰਿਹਾ ਕਿ ਉਹ ਠੀਕ ਕਰ ਰਿਹਾ, ਮੈਂ ਕਹਿ ਰਹੀ ਹਾਂ ਇੱਕ ਟੂ ਸਾਈਡਸ ਜੀ, ਆਪਣੇ ਆਪ ਨੂੰ ਪਹਿਲਾਂ ਸ਼ਾਂਤ ਕਰਨਾ। ਜੇ ਤੁਸੀਂ ਖੁਦ ਅਸ਼ਾਂਤ ਹੋ ਤੇ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ। ਆਪਣੇ ਆਪ ਨੂੰ ਸ਼ਾਂਤ ਕਰਨ ਵਾਸਤੇ ਇੰਨਾ ਪਤਾ ਹੋਣਾ ਚਾਹੀਦਾ ਕਿ ਮੈਂ ਜੇ ਮੈਂ ਆਤਮਾ ਹਾਂ ਅਤੇ ਮੈਂ ਉੱਥੋਂ ਆਈ ਹਾਂ ਪਰਮ ਧਾਮ ਤੋਂ, ਅਤੇ ਫਿਰ ਮੈਂ ਇਹ ਖੇਡ ਖੇਡ ਰਹੀ ਹਾਂ। ਇਹਦਾ ਮਤਲਬ ਮੇਰਾ ਬੱਚਾ ਸੌਖਾ ਨਹੀਂ ਹੁੰਦਾ, ਬੱਚਾ ਤੁਹਾਡਾ ਨਸ਼ਾ ਕਰ ਰਿਹਾ ਤੇ ਤੁਸੀਂ ਸੋਚੋ ਵੀ ਖੇਡ ਖੇਡ ਰਹੀ ਆਤਮਾ, ਇਹ ਤਾਂ ਅਜੀਬ ਜੀ ਗੱਲ ਨਹੀਂ ਲੱਗਦੀ ਤੁਹਾਨੂੰ? ਉਹ ਆਪਣਾ ਖੇਡ ਅਨੁਸਾਰ, ਕਰਮ ਅਨੁਸਾਰ ਹੀ ਖੇਡ ਰਿਹਾ। ਸਾਰੇ ਇਨਸਾਨ ਸ਼ਰਾਬ ਜਾਂ ਨਸ਼ੇ ਵਿੱਚ ਕਿਉਂ ਨਹੀਂ ਜਾਂਦੇ? ਸਿਰਫ ਕੋਈ ਕੋਈ ਕਿਉਂ ਜਾਂਦਾ? ਉਹ ਉਸਦੀ ਕਰਮ ਹੈ। ਜਦ ਉਹ ਅਸੀਂ ਸਿਰਫ ਸਿੱਖਿਆ ਦੇ ਸਕਦੇ ਹਾਂ ਅਤੇ ਸਹੀ ਪਾਸੇ ਅਸੀਂ ਲਗਾ ਸਕਦੇ ਹਾਂ ਉਹ ਉਸਨੂੰ ਪਿਆਰ ਦੇ ਨਾਲ। ਜੇ ਕੋਈ
ਯਕੀਨਨ ਕੋਈ ਇਨਸਾਨ ਨਸ਼ਾ ਵਗੈਰਾ ਤਦ ਲੈਂਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਕਮੀ ਹੈ। ਅਸੀਂ ਉਸ ਪਿਆਰ ਨੂੰ ਪੂਰੀ ਕਰਨ ਦੇ ਬਜਾਏ ਸਿਰਫ ਉਹਨਾਂ ਨੂੰ ਸਿੱਖਿਆ ਦਿੰਦੇ ਹਾਂ ਅਤੇ ਡਾਂਟਦੇ ਹਾਂ ਅਤੇ ਉਹਨਾਂ ਨੂੰ ਗੁੱਸਾ ਕਰਦੇ ਹਾਂ। ਬੱਚਿਆਂ ਨੂੰ ਜੇ ਤੁਸੀਂ ਪਿਆਰ ਨਾਲ ਰੱਖੋਗੇ, ਪਿਆਰ ਦਿਓਗੇ, ਤੁਸੀਂ ਸ਼ਾਂਤੀ ਹੋ ਕੇ ਤੁਸੀਂ ਖੁਦ ਲਿਵ ਲਗਾ ਕੇ ਉਸਨੂੰ ਪਿਆਰ ਨਾਲ ਗੱਲ ਕਰੋਗੇ, ਯਕੀਨਨ ਉਸਨੂੰ ਨਸ਼ੇ ਦੀ ਲੋੜ ਹੀ ਨਹੀਂ ਪੈਗੀ। ਮਾਂ ਪਿਓ ਦੀ ਗਲਤੀ ਹੈ ਜਦੋਂ ਬੱਚੇ ਚਲੇ ਜਾਂਦੇ ਨੇ ਗਲਤ ਪਾਸੇ, ਉਹ ਮਾਂ ਪਿਓ ਖੁਦ ਨੂੰ ਵੇਖਣਾ ਪਏਗਾ ਕਿ ਮੇਰੇ ਵਿੱਚ ਕੀ ਕਮੀ ਸੀ ਜਿਹੜਾ ਕਿ ਮੈਂ ਗਲਤ ਕੀਤਾ। ਅਸੀਂ ਦੋਸ਼ ਦੂਜੇ 'ਤੇ ਲਗਾਉਂਦੇ ਹਾਂ, ਖੁਦ 'ਤੇ ਅਸੀਂ ਦੇਖਣਾ ਪਏਗਾ। ਸਾਡੇ ਆਲੇ ਦੁਆਲੇ ਮੰਨਣ ਯੋਗ ਆ ਵੀ ਅੰਤਰ ਝਾਤ ਪਹਿਲਾਂ ਸਾਨੂੰ ਆਪਣੇ ਅੰਦਰ ਮਾਰਨੀ ਹੈ, ਅਸੀਂ ਆਪਣੀ ਪੜਚੋਲ ਕਰਨੀ ਆ। ਹਾਂਜੀ, ਤੇ ਫਿਰ ਬੱਚੇ ਨੂੰ ਪਿਆਰ ਦੇ ਨਾਲ ਓਨਾ ਹੀ ਪਿਆਰ ਦੇਣਾ ਹੈ, ਉਹਦੇ ਨੂੰ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਵੀ ਨਸ਼ਿਆਂ ਵੱਲ ਲੱਗ ਗਿਆ, ਇਹੀ ਤੁਸੀਂ ਕਹਿਣਾ ਚਾਹੁੰਦੇ ਹੋ ਨਾ? ਹਾਂਜੀ, ਇਹ ਗੱਲ 'ਤੇ ਤਾਂ ਯਕੀਨ ਆ ਰਿਹਾ ਵੀ ਹਾਂ ਇਹ ਠੀਕ ਹੈ। ਫਿਰ ਇੱਕ ਵਾਰੀ ਅਸੀਂ ਆਪਣੇ ਆਪ ਸ਼ਾਂਤ ਹੋ ਜਾਈਏ, ਫਿਰ ਜਦੋਂ ਅਸੀਂ ਕੁਛ ਕਵਾਂਗੇ ਬੱਚਿਆਂ ਨੂੰ, ਅਸੀਂ ਗੁੱਸਾ ਨਾਲ ਨਹੀਂ ਕਵਾਂਗੇ, ਉਹਨਾਂ ਨੂੰ ਦੋਸ਼ੀ ਸਮਝ ਕੇ ਨਹੀਂ ਕਵਾਂਗੇ, ਬਲਕਿ ਸਮਝਾਂਗੇ ਮੇਰੇ ਮੈਂ ਇਹਦੇ ਨਾਲ ਕੁਛ ਹੋਇਆ ਹੈ, ਰੂਟ ਪ੍ਰੋਬਲਮ 'ਤੇ ਜਾਵਾਂਗੇ। ਸੋਲਿਊਸ਼ਨ ਜਾਣ ਤੋਂ ਪਹਿਲਾਂ ਉਸ ਦੀ ਪ੍ਰੋਬਲਮ ਨੂੰ ਸਮਝਾਂਗੇ, ਤੂੰ ਇਹ ਪਿੰਦਾ ਕਿਉਂ ਹੈ, ਤੈਨੂੰ ਕੀ ਮਿਲਦਾ ਇਹਦੇ ਤੋਂ ਜਿਹੜਾ ਕਿ ਇਸ ਤੋਂ ਬਿਨਾਂ ਤੇਰੇ ਸੰਪੂਰਨ ਨਹੀਂ ਹੈ, ਤੂੰ ਜਿਸ ਤੁਹਾਨੂੰ ਤੈਨੂੰ ਕੀ ਲੋੜ ਹੈ। ਉਹ ਫਿਰ ਉਸ ਬੱਚੇ ਦੇ ਵਿੱਚ ਵਿਰਾਗ ਪੈਦਾ ਹੋਏਗਾ ਕਿ ਆਹ ਮੈਂ ਤਾਂ ਇਹ ਮੈਨੂੰ ਤਾਂ ਇਹ ਟੈਂਪਰਰੀ ਹੈਪੀਨੈਸ ਦਿੰਦੀ ਹੈ, ਮੈਨੂੰ ਤਾਂ ਇਹ ਪਰਮਾਨੈਂਟ ਨਹੀਂ ਦਿੰਦੀ, ਕਿਉਂਕਿ ਜਦੋਂ ਉਤਰ ਜਾਂਦੀ ਹੈ ਨਸ਼ਾ ਫਿਰ ਮੇਰਾ ਹਾਲ ਉਹੀ ਹੋ ਜਾਂਦਾ। ਫਿਰ ਉਸਨੂੰ ਤੁਸੀਂ ਹੌਲੀ ਹੌਲੀ ਸਾਈਕੋਲੋਜੀ ਦੇ ਨਾਲ, ਪਿਆਰ ਦੇ ਨਾਲ, ਉਸਨੂੰ ਸਮਝਣ ਦੀ ਅਵਸਥਾ ਦੇ ਨਾਲ ਉਸਨੂੰ ਡੀਲ ਕਰਨਾ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਦੋਸ਼ੀ ਠਹਿਰਾਉਂਦੇ ਹਾਂ, ਉਹ ਤੂੰ ਭੈੜਾ ਹੈ, ਤੂੰ ਇਹ ਚੰਗਾ ਹੈ, ਤੂੰ ਅਚੰਗਾ ਬਣ। ਅਰੇ ਪਹਿਲਾਂ ਉਸਨੂੰ ਸਮਝੋ ਤਾਂ ਸਹੀ, ਉਸਦੇ ਐਮਪਥਾਈਜ਼ ਤਾਂ ਕਰੋ, ਉਸਦੇ ਨਾਲ ਉਸਦੀ ਜ਼ਿੰਦਗੀ ਵਿੱਚ ਕੀ ਬੀਤ ਰਹੀ ਹੈ, ਜਿਹੜਾ ਕਿ ਉਸਨੂੰ ਲੱਗ ਰਿਹਾ ਕਿ ਮੈਨੂੰ ਇਹ ਨਸ਼ੇ ਦੀ ਲੋੜ ਹੈ। ਇਹ ਸਾਰਾ ਅਸੀਂ ਸਮਝਾਂਗੇ, ਉਸਦੀ ਗੱਲ ਸੁਣਾਂਗੇ ਪਿਆਰ ਦੇ ਨਾਲ, ਅਤੇ ਯਕੀਨਨ ਉਸਨੂੰ ਵੀ ਵੈਰਾਗ ਹੋਏਗਾ ਕਿ ਇਹ ਮੇਰੀ ਨਸ਼ਾ ਹੈ ਨਾ, ਇਹ ਟੈਂਪਰਰੀ ਹੈ, ਇਹ ਪਰਮਾਨੈਂਟ ਨਹੀਂ ਹੈ। ਜੇ ਪਰਮਾਨੈਂਟ ਹੋਏ ਤਾਂ ਸਾਰੀ ਦੁਨੀਆ ਨਾ ਲੈ ਲਵੇ, ਇਹ ਉਸਨੂੰ ਕੀ ਪਤਾ ਹੈ। ਔਰ ਉਹ ਜਿਹੜਾ ਨਸ਼ਾ ਲੈ ਰਿਹਾ ਹੈ, ਬਲਕਿ ਅੰਦਰੂਨੀ ਤੌਰ 'ਤੇ ਉਹ ਵੀ ਛੱਡਣਾ ਚਾਹੁੰਦਾ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਚੱਲ ਗਿਆ ਕਿ ਇਹ ਮੇਰਾ ਹੱਲ ਨਹੀਂ ਹੈਗਾ, ਪਰ ਉਹ ਫਸ ਚੁੱਕਿਆ। ਅਤੇ ਇਸ ਵਾਸਤੇ ਉਹਨਾਂ ਦੇ ਨਾਲ ਸਿੰਪਥਾਈਜ਼ ਕਰਨੀ ਚਾਹੀਦੀ ਹੈ ਬਹੁਤ, ਔਰ ਉਸਦੇ ਨਾਲ ਬਲਕਿ 10 ਗੁਣਾ ਪਿਆਰ ਦੂਜੇ ਆਮ ਆਦਮੀ ਨਾਲੋਂ ਅਸੀਂ ਉਹਨਾਂ ਨੂੰ ਦੇਣਾ ਚਾਹੀਦਾ, ਜਿਹੜੀ ਸੋਸਾਇਟੀ ਦੇ ਤੌਰ 'ਤੇ ਜਾਂ ਵੱਡੇ ਦੇ ਤੌਰ 'ਤੇ ਅਸੀਂ ਨਹੀਂ ਕਰਦੇ। ਅਸੀਂ ਉਹਨਾਂ ਨੂੰ ਦੋਸ਼ੀ ਠਹਿਰਾ ਕੇ ਗੱਲ ਕਰਦੇ ਹਾਂ। ਸਾਡੀ ਮਨ ਦੀ ਅਵਸਥਾ ਜਦ ਤੱਕ ਠੀਕ ਨਹੀਂ ਹੋਏਗੀ, ਅਸੀਂ ਖੁਦ ਫਿਰ ਅਸੀਂ ਅਪਰੋਚ ਵੀ ਨੈਗੇਟਿਵਿਟੀ ਨਾਲ, ਨੈਗੇਟਿਵ ਥੋਟ ਨਾਲ ਅਸੀਂ ਕਰਾਂਗੇ। ਜਿਵੇਂ ਤੁਸੀਂ ਸਵਾਲ ਕੀਤਾ ਸੀ ਹੁਣੇ, ਉਹ ਤੁਹਾਡੀ ਥੋਟ ਵਿੱਚ ਨੈਗੇਟਿਵਿਟੀ ਹੈਗੀ ਸੀ ਅਤੇ ਸਵਾਲ ਵੀ ਉਸ ਤਰ੍ਹਾਂ ਨੈਗੇਟਿਵ ਨਿਕਲੀ। ਜੇ ਤੁਸੀਂ ਪੋਜ਼ਿਟਿਵਲੀ ਸੋਚ ਕੇ ਉਹ ਸਵਾਲ ਨਿਊਟ੍ਰੈਲਿਟੀ 'ਤੇ ਕਰੋਗੇ, ਤੁਹਾਡੀ ਸਵਾਲ ਵਿੱਚ ਵੀ ਪੋਜ਼ਿਟਿਵ ਅਪਰੋਚ ਹੋਏਗੀ। ਅਤੇ ਅਸੀਂ ਖੁਦ ਨੂੰ ਪਹਿਲਾਂ ਉਸ ਹਾਦਸਾ ਜਾਂ ਉਸ ਇਨਸਾਨ ਨੂੰ, ਉਸ ਅਵਸਥਾ ਨੂੰ ਆਰਾਮ ਨਾਲ ਦੇਖੀਏ, ਡਿਟੈਚ ਥੋੜ੍ਹਾ ਹੋ ਕੇ। ਹਾਂਜੀ, ਤੁਸੀਂ ਬਹੁਤ ਕਨਵਿੰਸਿੰਗ ਵੇ ਦੇ ਨਾਲ ਉੱਤਰ ਦਿੱਤਾ ਇਸ ਚੀਜ਼ ਦਾ, ਵੀ ਜਿਹੜਾ ਬੱਚਾ ਜਦ ਨਸ਼ਾ ਕਰ ਰਿਹਾ ਹੁੰਦਾ ਜਾਂ ਕੋਈ ਵੀ ਜਿਹੜਾ ਨਸ਼ਾ ਕਰ ਰਿਹਾ, ਉਹਦੇ ਜੀਵਨ ਦਾ ਕੋਈ ਖਾਲੀਪਨ ਹੁੰਦਾ ਜਿਸ ਨੂੰ ਭਰਨ ਲਈ ਉਹ ਨਸ਼ਾ ਕਰਦਾ, ਅਤੇ ਅਸੀਂ ਉਸ ਦਾ ਬਹਿਸ਼ਕਾਰ ਨਹੀਂ ਕਰਨਾ, ਉਹਦੀ ਉਹਨੂੰ ਦੁਤਕਾਰਨਾ ਨਹੀਂ ਹੈ, ਬਲਕਿ ਉਹਨੂੰ ਉਸ ਤੋਂ ਵੀ ਵੱਧ ਪਿਆਰ ਦੇਣਾ ਹੈ ਜਿੰਨਾ ਉਹਦਾ ਬਣਦਾ ਹੈ। ਹਾਂਜੀ, ਕਿਉਂਕਿ ਪਿਆਰ ਦੇ ਨਾਲ ਉਹਦੇ ਅੰਦਰ ਸ਼ਕਤੀ ਆਏਗੀ, ਤਾਕਤ ਆਏਗੀ, ਅਤੇ ਉਹ ਤੁਹਾਡੀ ਗੱਲ ਸੁਣੇਗਾ, ਕਿਉਂਕਿ ਉਸ ਵੇਲੇ ਉਹਨੂੰ ਪਿਆਰ ਦੀ ਹੀ ਲੋੜ ਹੁੰਦੀ ਹੈ। ਹਰ ਇੱਕ ਇਨਸਾਨ ਨੂੰ ਪਿਆਰ ਦੀ ਲੋੜ ਹੁੰਦੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਹਾਂ ਆਪਣੇ ਜ਼ਿੰਦਗੀ ਦਾ। ਮੇਰੇ ਹਸਬੈਂਡ ਕੰਮ ਕਰਦੇ ਨੇ ਰੋਜ਼, ਅਤੇ ਵਪਾਰ ਕਰਨ ਵਾਲੇ ਜਿਹੜੇ ਅਸੀਂ ਤਾਂ ਫਿਰ ਵੀ ਘਰ ਦੇ ਦੇਖਭਾਲ ਕਰਦੇ ਹਾਂ ਅਤੇ ਮੈਡੀਟੇਸ਼ਨ ਗਾਈਡ ਵਗੈਰਾ, ਅਤੇ ਸਾਡਾ ਮਾਹੌਲ ਥੋੜ੍ਹੀ ਅੱਛੀ ਹੈ ਕਿਉਂਕਿ ਅਸੀਂ ਸਪਿਰਿਚੁਐਲਿਟੀ 'ਤੇ ਇਹ ਸਾਡੀ ਮਤਲਬ ਕਿ ਜ਼ਿੰਦਗੀ ਬਣ ਚੁੱਕੀ ਹੈ। ਕਿੰਨੇ ਸਾਲ ਹੋ ਗਏ ਨੇ, 15 ਕੁ ਸਾਲ। ਅਤੇ ਹਸਬੈਂਡਸ ਵਗੈਰਾ ਉਹ ਵਪਾਰੀ ਨੇ, ਆਪਣੇ ਮਾਂ ਪਿਓ ਨਾਲ ਗਿਵਿਨ ਕਰਨਾ ਪੈਂਦਾ ਹੈ, ਦੁਨਿਆਵੀ ਤੌਰ 'ਤੇ ਡੀਲਿੰਗਸ ਕਰਨੀ ਪੈਂਦੀ, ਅਤੇ ਬਿਜ਼ਨਸ ਫਲਕਚੁਏਸ਼ਨਸ ਹੁੰਦੀ, ਜ਼ਿੰਮਾ ਹੁੰਦਾ,
ਪੈਸਾ ਬਣ ਲੱਭਣ ਦਾ, ਕੰਮ ਕਰਨ ਦਾ, ਉਹ ਫਿਰ ਜਦੋਂ ਕਈ ਵਾਰੀ ਘਰ ਆਉਂਦੇ ਨੇ ਥੱਕੇ ਹੁੰਦੇ ਨੇ ਅਤੇ ਉਹਨਾਂ ਨੂੰ ਆਪਣੀ ਅੰਦਰੂਨੀ ਖੋਜ ਕਰਨ ਦਾ ਘੱਟ ਟਾਈਮ ਹੁੰਦਾ, ਫਿਰ ਕਈ ਵਾਰੀ ਉਹ ਗੁੱਸਾ ਨਾਲ ਗੱਲ ਕਰਦੇ ਨੇ। ਹੁਣ ਮੈਂ ਸ਼ੁਰੂ ਸ਼ੁਰੂ ਵਿੱਚ ਜਦੋਂ ਮੈਂ ਬ੍ਰਹਮਾ ਕੁਮਾਰੀਜ਼ ਵਿੱਚ ਆਈ ਨਹੀਂ ਸਾਂ, ਮੈਂ ਵੀ ਉਹਨਾਂ ਦੇ ਗੁੱਸਾ ਨੂੰ ਆਪਣੇ ਅੰਦਰ ਬਹੁਤ ਦਰਦ ਹੁੰਦੀ ਸੀ ਕਿ ਮੇਰਾ ਇੰਨਾ ਪਿਆਰ ਕਰਦੇ ਸਨ ਮੈਨੂੰ, ਹੁਣ ਵਾਰ ਵਾਰ ਇੱਕ ਇੱਕ ਗੱਲ 'ਤੇ ਗੁੱਸਾ ਕਿਉਂ ਨੱਕ 'ਤੇ ਚੜਿਆ ਹੁੰਦਾ ਗੁੱਸਾ ਹਮੇਸ਼ਾ, ਅਤੇ ਸਹਿਣ ਨਹੀਂ ਕਰ ਪਾਉਂਦੀ ਸਾਂ। ਪਰ ਇੱਕ ਵਾਰੀ ਜਦ ਮੈਨੂੰ ਵਿਰਾਗ ਹੋ ਗਿਆ ਅਤੇ ਮੈਂ ਇਸ ਰਾਹ 'ਤੇ ਤੁਰ ਪਈ ਹਾਂ। ਵਿਰਾਗ ਕਿਸ ਤੋਂ ਹੋਇਆ, ਹਸਬੈਂਡ ਤੋਂ? ਵਿਰਾਗ ਹੁੰਦੀ ਹੈ ਸਮਝ ਕਿ ਮੈਨੂੰ ਮੈਨੂੰ ਉਸ ਦੀ ਨਹੀਂ, ਉਹ ਉਹ ਨਾਰਾਜ਼ ਉਸਨੇ ਹੋਣਾ, ਉਹ ਬੰਦ ਹੋਏ ਨਾ ਹੋਏ ਮੈਂ ਕਿਵੇਂ ਸ਼ਾਂਤ ਹੋਵਾਂ ਇਸ ਗੱਲ ਤੋਂ ਕਿ ਮੈਂ ਕਿਸ ਤਰ੍ਹਾਂ ਸਹਿਣ ਕਰਾਂ, ਮੇਰੇ ਵਿੱਚ ਸਹਿਣ ਸ਼ਕਤੀ ਵਧੇ। ਜਦ ਮੇਰੇ ਵਿੱਚ ਸਹਿਣ ਸ਼ਕਤੀ ਵਧਣ ਲੱਗ ਪਈ, ਹੁਣ ਉਹ ਨਾਰਾਜ਼ ਹੁੰਦੇ ਨੇ ਅਤੇ ਮੈਂ ਚੁੱਪ ਕਰ ਜਾਂਦੀ ਹਾਂ ਅਤੇ ਮੈਂ ਆਪਣੇ ਆਪ ਨੂੰ ਵਹਿੰਦੀ ਹਾਂ ਕਿ ਐਮਪਥਾਈਜ਼ ਕਰਦੀ ਹਾਂ ਕਿ ਉਹਨਾਂ ਦੇ ਅੱਜ ਕੁਛ ਹੋਇਆ ਹੋਣਾ ਹੈ ਕੰਮ ਵਿੱਚ ਬਾਹਰਲੀ ਤੌਰ, ਅਤੇ ਮੈਂ ਫਿਰ ਉਹਨਾਂ ਨੂੰ ਪੁੱਛਾਂਗੀ ਬਾਅਦ ਵਿੱਚ। ਹਾਲੀ ਮੈਂ ਉਹਨਾਂ ਨੂੰ ਸਹਿਣ ਕਰ ਲੈਂਦੀ ਹਾਂ, ਚਲੋ ਕੋਈ ਗੱਲ ਨਹੀਂ, ਪਾਣੀ ਲਿਆ ਦਾ, ਟੋਪਿਕ ਚੇਂਜ ਕਰ ਦਿੰਦੀ ਹਾਂ, ਤੁਸੀਂ ਪਹਿਲਾਂ ਰੋਟੀ ਖਾ ਲਓ, ਤੁਸੀਂ ਥੋੜ੍ਹਾ ਮੂੰਹ ਹੱਥ ਧੋ ਲਓ, ਕੋਈ ਗੱਲ ਨਹੀਂ, ਥੋੜ੍ਹਾ ਮਤਲਬ ਕਿ ਕੋਈ ਅੱਛੀ ਗੱਲ ਸੁਣਾ ਦਿਓ, ਅੱਜ ਪਤਾ ਕਿ ਬੜੀ ਅੱਛੀ ਗੱਲ ਹੋਈ ਸੀ, ਤੁਹਾਨੂੰ ਸੁਣਾਉਣ ਲੱਗੀ ਸਾਂ, ਤੁਸੀਂ ਥੋੜ੍ਹਾ ਆਰਾਮ ਕਰ ਲਓ ਫਿਰ ਗੱਲ ਕਰਨੀ ਆ। ਉਹਨਾਂ ਦੀ ਗੁੱਸਾ ਨੂੰ ਠੰਡਾ ਕਰਨਾ, ਜੇ ਗੁੱਸਾ ਕਰਨ ਵੀ ਤੇ ਜਰਾ ਕੁ ਚੁੱਪ ਰਹਿਣਾ, ਸੁਣ ਲਓ, ਇਸ ਸਮਝ ਦੇ ਨਾਲ ਕਿ ਉਹਨਾਂ ਦੇ ਨਾਲ ਕੁਛ ਬੀਤਿਆ ਹੋਇਆ ਅੱਜ, ਜਰਾ ਕਿ ਗੁੱਸਾ ਚੜ ਰਿਹਾ ਤੇ ਮੇਰੇ ਉੱਤੇ ਨਿਕਲ ਰਿਹਾ, ਕਿਉਂਕਿ ਮੈਂ ਆਪਣੀ ਆ, ਕਿਸੇ ਹੋਰ ਦੇ ਉੱਤੇ ਕੱਢ ਨਹੀਂ ਸਕਦੇ, ਇਸ ਵਾਸਤੇ ਘਰ ਆ ਕੇ ਆਪਣੇ ਆਪਣੇ ਦੇ ਨਾਲ ਹੀ ਅਸੀਂ ਕੱਢਣਾ। ਇਸ ਤਰ੍ਹਾਂ ਮਾਂ ਵੀ ਬੱਚੇ ਦੇ ਨਾਲ ਹੀ ਗੁੱਸਾ ਕੱਢਦੇ, ਮਾਂ ਕਈ ਵਾਰੀ ਆਪਣੇ ਪਤੀ ਦੇ ਨਾਲ ਗੁੱਸਾ ਨਹੀਂ ਕੱਢਦੇ, ਸੱਸ ਸਸੁਰ ਦੇ ਨਾਲ ਗੁੱਸਾ ਨਹੀਂ ਕੱਢਦੇ, ਬਲਕਿ ਆਪਣੇ ਬੱਚੇ ਦੇ ਉੱਤੇ ਗੁੱਸਾ ਕੱਢਦੇ, ਦੋ ਚਪੇੜਾਂ ਲਾ ਦਿੰਦੇ। ਇਸ ਵਾਸਤੇ ਅਸੀਂ ਜਦ ਸ਼ਾਂਤ ਖੁਦ ਹੋਵਾਂਗੇ ਤੇ ਫਿਰ ਅਸੀਂ ਦੂਜਿਆਂ ਦੇ ਨਾਲ ਐਮਪਥਾਈਜ਼ ਕਰ ਪਾਵਾਂਗੇ ਤੇ ਦੂਜਿਆਂ ਦੀ ਗੱਲ ਨੂੰ ਸਮਝ ਪਾਵਾਂਗੇ, ਤੇ ਫਿਰ ਉਸ ਦੇ ਨਾਲ ਅਸੀਂ ਉਸ ਤਰ੍ਹਾਂ ਵਰਤਾਵ ਸਾਡੀ ਅਵਸਥਾ ਬਦਲਦੀ ਹੈ ਤੇ ਸਾਡੇ ਰਿਐਕਸ਼ਨਸ ਬਦਲਦੀ ਹੈ। ਅਮਰਜੀਤ ਜੀ, ਤੁਸੀਂ ਸਾਡੇ ਨਾਲ ਇਸ ਕਾਰਜਕ੍ਰਮ ਵਿੱਚ ਸ਼ਾਮਿਲ ਹੋਏ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਓਮ ਸ਼ਾਂਤੀ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਜੀ। ਤੇ ਦਰਸ਼ਕੋ, ਇਹ ਸਨ ਅਮਰਜੀਤ ਕੌਰ ਦੁਆ ਜੀ, ਜਿਹੜੇ ਕਿ ਥਾਈਲੈਂਡ 'ਚੋਂ ਸਾਡੇ ਕੋਲ ਪਧਾਰੇ ਹਨ ਨਵੀਂ ਕਿਰਨ ਦੇ ਐਪੀਸੋਡ ਦੇ ਵਿੱਚ। ਬ੍ਰਹਮਾ ਕੁਮਾਰੀਜ਼ ਹੈੱਡਕੁਆਟਰ ਮਾਊਂਟ ਆਬੂ ਵਿਖੇ ਸਾਡੇ ਸਟੂਡੀਓ ਵਿੱਚ ਮੌਜੂਦ ਹਨ। ਇਹਨਾਂ ਨਾਲ ਅਸੀਂ ਗੱਲਬਾਤ ਕੀਤੀ। ਅੱਜ ਦਾ ਵੀ ਜਿਹੜਾ ਸਾਡਾ ਵਿਸ਼ਾ ਸੀ ਉਹ ਮਨ ਦੇ ਨਾਲ ਹੀ ਸੰਬੰਧਿਤ ਸੀ, ਮਨ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਸੀ। ਇੱਕ ਜਿਹੜਾ ਅੱਜ ਆਮ ਜ਼ਿੰਦਗੀ ਦੇ ਵਿੱਚ ਬੰਦਾ ਇੱਕ ਖਾਲੀਪਨ ਦਾ ਮਹਿਸੂਸ ਕਰਦਾ ਹੈ, ਅਸੀਂ ਉਸ ਨੂੰ ਲੈ ਕੇ ਵਿਚਾਰ ਕੀਤਾ ਅਤੇ ਉਹਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਵੀ ਖਾਲੀਪਨ ਦੇ ਕਾਰਨ ਬੰਦੇ ਕਈ ਵਾਰ ਨਸ਼ਿਆਂ ਦੇ ਵਿੱਚ ਵੀ ਚਲੇ ਜਾਂਦੇ ਨੇ। ਖਾਲੀ ਬੰਦੇ ਹੀ ਨਹੀਂ, ਲੇਡੀਜ਼ ਵੀ ਚਲੀਆਂ ਜਾਂਦੀਆਂ ਹਨ। ਅਤੇ ਉਸਦਾ ਇਹਨਾਂ ਨੇ ਮੇਨ ਰੀਜ਼ਨ ਦੱਸਿਆ ਵੀ ਖਾਲੀਪਨ ਨੂੰ ਜਿਹੜਾ ਨਸ਼ਿਆਂ ਦੇ ਨਾਲ ਨਹੀਂ ਭਰਿਆ ਜਾ ਸਕਦਾ, ਬਲਕਿ ਨਸ਼ਿਆਂ ਨੂੰ ਛੁਡਾਉਣ ਲਈ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਦੇਣ ਦੀ ਲੋੜ ਹੁੰਦੀ ਹੈ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਆ, ਅਤੇ ਜੀਵਨ ਦੀ ਕੋਈ ਵੀ ਜਿਹੜੀ ਕਮੀ ਹੁੰਦੀ ਉਹਨੂੰ ਪਿਆਰ ਦੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਅਤੇ ਇਹਨਾਂ ਨੇ ਆਪਣਾ ਨਿੱਜੀ ਮਿਸਾਲ ਵੀ ਦਿੱਤਾ ਵੀ ਇਹਨਾਂ ਦੇ ਜਿਹੜੇ ਹਸਬੈਂਡ ਸੀ ਉਹ ਕਈ ਵਾਰ ਵਪਾਰਿਕ ਉਲਝਣਾਂ ਕਰਕੇ ਕਈ ਵਾਰ ਗੁੱਸਾ ਕੱਢਦੇ ਹੁੰਦੇ ਸੀ ਘਰ, ਅਤੇ ਇਹ ਫਿਰ ਸ਼ਾਂਤੀ ਦਾ ਕਵਚ ਧਾਰਨ ਕਰ ਲੈਂਦੇ ਸੀ ਅਤੇ ਉਹਨਾਂ ਦੇ ਗੁੱਸੇ ਦਾ ਫਿਰ ਇਹਨਾਂ 'ਤੇ ਅਸਰ ਨਹੀਂ ਸੀ ਹੁੰਦਾ, ਕਿਉਂਕਿ ਮੈਡੀਟੇਸ਼ਨ ਕਰਦੇ ਹਨ। ਬ੍ਰਹਮਾ ਕੁਮਾਰੀਜ਼ ਦੁਆਰਾ ਜਿਹੜਾ ਸਿਖਾਇਆ ਜਾਂਦਾ ਹੈ ਰਾਜਯੋਗ ਦਾ ਅਭਿਆਸ ਕਰਦੇ ਹਨ, ਉਹਦੇ ਨਾਲ ਸਾਡੀ ਆਂਤਰਿਕ ਸ਼ਕਤੀ ਵੱਧ ਜਾਂਦੀ ਆ, ਸਾਡੀ ਸਹਿਨਸ਼ੀਲਤਾ ਵੱਧ ਜਾਂਦੀ ਆ, ਅਤੇ ਕੋਈ ਬੰਦਾ ਚਾਹੇ ਜਿੰਨਾ ਮਰਜ਼ੀ ਗੁੱਸੇ ਵਾਲਾ ਹੋਵੇ ਉਹਦਾ ਅਸਰ ਸਾਡੀ ਸਥਿਤੀ 'ਤੇ ਨਹੀਂ ਹੁੰਦਾ। ਕਿਸੇ ਦਾ ਗੁੱਸਾ ਦੇਖ ਕੇ ਸਾਡੀ ਜਿਹੜੀ ਮਨ ਦੀ ਸਥਿਤੀ ਆ ਉੱਤੇ ਥੱਲੇ ਨਹੀਂ ਹੁੰਦੀ, ਸਾਡੀ ਜਿਹੜੀ ਸਥਿਤੀ ਆ ਸਮਰਸ ਰਹਿੰਦੀ ਆ, ਇੱਕ ਰਸ ਰਹਿੰਦੀ ਹੈ। ਅਤੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਸਮਾਜ ਦੀਆਂ ਉਲਝਣਾਂ ਤੋਂ ਉੱਪਰ ਕੱਢਣ ਲਈ ਵਿਰਾਗ ਵਿਰਤੀ ਦੀ ਵੀ ਗੱਲ ਕੀਤੀ ਹੈ, ਲਿਵ ਲਾਉਣ ਦੀ ਵੀ ਗੱਲ ਕੀਤੀ ਹੈ। ਅਤੇ ਇਸ ਤਰੀਕੇ ਦੇ ਨਾਲ ਆਪ ਸਾਰਿਆਂ ਨੂੰ ਵੀ ਇਸ ਦਾ ਬਹੁਤ ਜ਼ਰੂਰ ਫਾਇਦਾ ਪੁੱਜਿਆ ਹੋਵੇਗਾ। ਅਤੇ ਮੈਂ ਇਸ ਐਪੀਸੋਡ ਨੂੰ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਆ